ਤੇ ਅੱਜ ਦੇ ਮੁੱਖ ਮੰਤਰੀ ਜੀ ਨੇ 4 ਮਹੀਨੇ ਪਹਿਲੇ ਆ ਗੱਲ ਕੀਤੀ ਹੈ। ਪੂਰੇ ਪੰਜਾਬ ਤੋਂ ਫੋਰਮ ਭਰਾਏ, ਲੋਕਾਂ ਨੂੰ ਵਿਸ਼ਵਾਸ ਦਵਾਇਆ, ਆਪਣੇ ਜਿਹੜੇ ਫੋਰਮ ਸੀ ਆਪਣੇ ਦਸਤਖਤ ਥੱਲੇ ਇਹਨਾਂ ਨੇ ਕਮਿਟਮੈਂਟ ਕਰਕੇ ਕੀਤੇ। ਚਲੋ ਫਿਰ ਵੀ ਲੋਕਾਂ ਦਾ ਉਮੀਦ ਸੀ ਕਿ ਕੈਪਟਨ ਸਾਹਿਬ ਜ਼ਰੂਰ ਵਾਅਦਾ ਪੂਰਾ ਕਰਨਗੇ। ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਇਆ, ਸਾਡੇ MLA ਸਾਹਿਬਾਨ ਨੇ ਆਪਣੀ ਅਸੈਂਬਲੀ ਵਿੱਚ ਪ੍ਰੋਟੈਸਟ ਕੀਤਾ ਕਿ ਸਾਨੂੰ ਪਹਿਲੇ ਗੱਲ ਦੱਸੋ, ਕਿਉਂਕਿ ਪਿਛਲੇ 3 ਮਹੀਨੇ ਦੇ ਅੰਦਰ ਤਕਰੀਬਨ 90 ਕਿਸਾਨਾਂ ਤੋਂ ਵੱਧ ਨੇ ਆਤਮ ਹੱਤਿਆ ਕਰਤੀ। ਬੜਾ ਮੇਜਰ ਇਸ਼ੂ, ਹਰ ਰੋਜ਼ ਅਖਬਾਰ ਵਿੱਚ ਫੋਟੋਆਂ ਰਾਹੀਂ ਦੁੱਖ ਦੀ ਖਬਰ ਆਉਂਦੀ ਸੀ ਕਿ ਇੱਥੇ ਸੁਸਾਈਡ ਹੋ ਗਿਆ, ਕਿਸਾਨ ਨੇ ਇੱਥੇ ਕਰਤੀ। ਸੋ ਅਕਾਲੀ ਦਲ BJP ਸਮਝਿਆ ਕਿ ਪਹਿਲਾਂ ਇਸ਼ੂ ਜੋ ਸੈਸ਼ਨ ਸ਼ੁਰੂ ਹੋਊਗਾ, ਸਭ ਤੋਂ ਪਹਿਲੇ ਅਸੀਂ ਕੰਮ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਪੁੱਛਣਾ ਚਾਹਾਂਗੇ ਸਰਕਾਰ ਨੂੰ ਕਿ ਤੁਸੀਂ ਜਿਹੜਾ ਵਾਅਦਾ ਸੀ ਪੂਰਾ ਕਰੋ, ਕਿਉਂਕਿ ਜਾਨਾਂ ਬਚਾਉਣੀਆਂ ਬਹੁਤ ਜ਼ਰੂਰੀ ਸੀ ਕਿਸਾਨ ਦੀਆਂ। ਮੁੱਖ ਮੰਤਰੀ ਜੀ ਨੇ ਆਪ ਖੜਿਆ ਹੋ ਕੇ ਅਸ਼ੋਰੈਂਸ ਦਿੱਤੀ ਹਾਊਸ ਨੂੰ ਕਿ ਬਜਟ ਪੇਸ਼ ਹੋ ਜੂਗਾ ਅਤੇ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ। ਤੋ ਸਾਰੇ ਮੈਂਬਰ ਸਾਡੇ ਟੈਸਟ ਕਰ ਗਏ ਸੀ, ਵਾਪਸ ਆਪਣੀਆਂ ਜਗ੍ਹਾ 'ਤੇ ਆਏ ਅਤੇ ਅਸੀਂ ਸੈਸ਼ਨ ਚੱਲਦਾ ਰਿਹਾ। ਕੱਲ੍ਹ ਮੁੱਖ ਮੰਤਰੀ ਜੀ ਨੇ ਆਪਣੇ ਭਾਸ਼ਣ ਵਿੱਚ ਇੱਕ ਕਲੀਅਰ ਕੱਟ ਬਿਆਨ ਦਿੱਤਾ ਕਿ ਅਸੀਂ 10 ਲੱਖ ਕਿਸਾਨ, 10,20,000 ਕੁਝ ਕਿਸਾਨ ਹੈ, ਅਤੇ ਕਰਜ਼ਾ ਸਾਰਾ ਮਾਫ਼ ਕਰਾਂਗੇ। 2 ਲੱਖ ਤੱਕ ਸਾਰਿਆਂ ਦਾ ਕਰਜ਼ਾ ਮਾਫ਼ ਹੋਊਗਾ, ਜੇ ਉਹ ਤੋਂ ਵੱਧ ਕੋਈ ਹੋਊਗਾ ਕਰਾਂਗੇ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਕਿ ਫਾਈਨੈਂਸ ਮਿਨਿਸਟਰ ਵੱਡਾ ਹੈ ਕਿ ਇਹ ਮੁੱਖ ਮੰਤਰੀ ਵੱਡਾ, ਕਿਉਂਕਿ 2 ਦਿਨਾਂ ਦੇ ਅੰਦਰ 2 ਬੋਲੀਆਂ 'ਚ 2 ਵਾਰਦਾ ਸਾਹਮਣੇ ਆ ਰਹੀਆਂ। ਮੁੱਖ ਮੰਤਰੀ ਨੇ ਕੱਲ੍ਹ ਕਿਹਾ ਹਾਊਸ ਦੇ ਵਿੱਚ ਕਿਹਾ ਕਿ 10,20,000 ਕਿਸਾਨਾਂ ਦਾ ਕਰਜ਼ਾ ਮਾਫ਼, 2 ਲੱਖ ਤੱਕ ਸਾਰਿਆਂ ਦੀ ਗਰੀਬਾਂ ਦਾ ਵੀ ਕਰਜ਼ਾ ਮਾਫ਼। ਅੱਜ ਫਾਈਨੈਂਸ ਮਿਨਿਸਟਰ ਨੇ, 1 ਦਿਨ ਦਾ ਫਰਕ ਨਹੀਂ, 24 ਘੰਟੇ ਵੀ ਨਹੀਂ ਹੋਏ, ਅਤੇ ਫਾਈਨੈਂਸ ਮਿਨਿਸਟਰ ਨੇ ਦੂਜੀ ਕਹਾਣੀ ਦੱਸ ਦਿੱਤੀ, ਕਹਿੰਦੇ ਅਸੀਂ 1500 ਕਰੋੜ ਰੁਪਇਆ ਰੱਖਿਆ ਕਰਜ਼ਾ ਮਾਫ਼ ਕਰਨ ਵਾਸਤੇ। ਕਿਸਾਨਾਂ ਦਾ ਕਰਜ਼ਾ 90,000 ਕਰੋੜ ਹੈ, ਜਿਹਦਾ ਵਿਆਜ ਤਕਰੀਬਨ 8-9,000 ਕਰੋੜ ਸਾਲ ਦਾ ਬਣਦਾ ਹੈ ਮਿਨੀਮਮ, ਜੇ ਰੱਖੀ ਆਪਾਂ 8-9,000 ਦੱਸ ਤਾਂ ਦਿੰਦੇ ਹੀ, ਪਰ 8-9,000 ਕਰੋੜ ਬਣਦਾ ਹੈ। ਅਤੇ ਕਿਹਾ ਇਹਨਾਂ ਨੇ 1500 ਕਰੋੜ ਕਰਜ਼ਾ ਮਾਫ਼ੀ, ਕਰਜ਼ਾ ਮਾਫ਼ੀ 1500 ਕਰੋੜ ਤਾਂ ਮਤਲਬ 3 ਮਹੀਨੇ ਦਾ ਵਿਆਜ ਹੈ, 3 ਮਹੀਨੇ ਦਾ ਵਿਆਜ ਹੈ 1500 ਕਰੋੜ ਅਜੇ ਜਿਹੜਾ ਕੀਤਾ। ਅਤੇ ਮੈਂ ਹੈਰਾਨੀ ਦੀ ਗੱਲ ਹੈ, ਜੇ ਤੁਸੀਂ 10,20,000 ਨੂੰ ਡਿਵਾਈਡ ਕਰੋ 1500 ਕਰੋੜ ਨਾਲ, ਇੱਕ ਕਿਸਾਨ ਦਾ 14,705 ਰੁਪਏ ਮਾਫ਼ ਹੋ, 14,000 ਤਾਂ ਜੀ ਸ਼ਗਨ ਦਿੰਦੇ, 15,000 ਤੋਂ ਬਾਅਦ ਸ਼ਗਨ ਦਿੰਦੇ ਸੀ ਅਸੀਂ। ਇਹ ਤੋਂ ਮਾੜਾ, ਇਹ ਤੋਂ ਮਤਲਬ ਘਟੀਆ ਬਿਆਨ, ਇਹਦਾ ਮਜ਼ਾਕ ਪੰਜਾਬ ਦੇ ਕਿਸਾਨੀ ਨਾਲ ਕੀਤਾ। ਅਤੇ ਜਿਹੜੀ ਵੱਡੀ ਹੈਰਾਨੀ ਦੀ ਗੱਲ ਹੈ, ਕੈਪਟਨ ਸਾਹਿਬ ਦੀ ਸਰਕਾਰ ਨੇ ਇੱਕ ਮੈਸੇਜ ਦੇ ਦਿੱਤਾ ਹੈ ਕਿ ਜੇ ਤੁਸੀਂ ਕਰਜ਼ਾ ਮਾਫ਼ ਕਰਨਾ ਹੈ ਤਾਂ ਤੁਸੀਂ ਆਤਮ ਹੱਤਿਆ ਕਰ ਲਓ, ਕਿਉਂਕਿ ਜੇ ਆਤਮ ਹੱਤਿਆ ਕਰੋਗੇ ਤਾਂ ਫਿਰ ਤਾਂ 5 ਲੱਖ ਮਿਲੂਗਾ, ਜੇ ਤੁਸੀਂ ਜਿਉਣਾ ਤਾਂ ਫਿਰ 14,700 ਹੀ ਮਿਲੂਗਾ ਤੁਹਾਨੂੰ। ਇਹਦਾ ਮਤਲਬ ਹੁਣ, ਅਤੇ ਮੈਨੀਫੈਸਟੋ 'ਚ ਕਿਹਾ ਸੀ ਇਹਨਾਂ ਨੇ 10 ਲੱਖ ਦੇਵਾਂਗੇ, ਪਰ ਚਲੋ ਕੋਈ ਗੱਲ, ਹੁਣ ਇਹਨਾਂ ਨੇ ਕਿਹਾ 5 ਲੱਖ ਕੱਲ੍ਹ ਕਿਹਾ ਸੀ। ਇਹਦਾ ਮਤਲਬ ਜੇ ਕਿਸਾਨਾਂ ਨੂੰ ਮੈਸੇਜ ਦਿੱਤਾ ਕਿ ਹੁਣ ਰੋਜ਼ ਮਰਿਆ ਕਰੋ ਅਤੇ 5 ਲੱਖ ਲੈ ਲਿਆ ਕਰੋ, ਜੇ ਨਹੀਂ ਮਰਨਾ ਤਾਂ 14,705 ਰੁਪਏ ਮਿਲਣਗੇ। ਆਹ ਤੂੰ ਮਜ਼ਾਕ ਹੈ, ਇੱਕ ਫਰੋਡ ਹੈ, ਇੱਕ ਪੰਜਾਬ ਦੀ ਕਿਸਾਨੀ 'ਤੇ ਫਰੋਡ ਹੈ, ਪੰਜਾਬ ਦੇ ਗਰੀਬ 'ਤੇ ਇੱਕ ਫਰੋਡ ਹੈ, ਗਰੀਬ ਅਤੇ ਦਲਿਤ ਖੇਤ ਮਜ਼ਦੂਰ ਦੀ ਤਾਂ ਗੱਲ ਹੀ ਭੁੱਲ ਗਏ, ਜ਼ਿਕਰ ਹੀ ਨਹੀਂ ਕੀਤਾ। ਅਤੇ ਮੈਂ ਹੁਣ, ਅਸੀਂ ਕੱਲ੍ਹ ਡਿਟੇਲਡ ਪ੍ਰੈਸ ਕਾਨਫਰੰਸ ਕਰਾਂਗੇ ਸਾਰੇ ਬਜਟ ਦੇ ਉੱਤੇ ਜੋ ਇਹਨਾਂ ਨੇ ਕੀਤੀਆਂ, ਬਹੁਤ ਚੀਜ਼ਾਂ ਹੈ ਨੋਮਲੀ ਦਿੰਦੀ ਆ। ਮੈਂ ਕਹਿੰਦਾ ਕਿ ਇਹ ਜਾ ਸੋ
ਸੋ ਕੱਲ ਅਸੀਂ ਪੂਰੀ ਡਿਟੇਲ ਅੱਜ ਤੱਕ ਕੱਲਾ ਮੇਨ ਜਿਹੜੀ ਇਸ਼ੂ ਆ ਫਾਰਮਰਸ ਦੇ ਜਿਵੇਂ ਧੋਖਾ ਦਿੱਤਾ ਕੀਤਾ ਅਤੇ ਜਿਹੜੀਆਂ ਪ੍ਰੋਵੀਜ਼ਨ ਹੈ ਤੁਸੀਂ ਹੈਰਾਨ ਰਹਿ ਜਾਓਗੇ ਕਿ ਜੇ ਤੁਸੀਂ ਬਜਟ ਇੱਕ ਗੱਲ ਵੀ ਕਹਿਣਾ ਚਾਹੁੰਦੇ ਜੇ ਤੁਸੀਂ ਬਜਟ ਦੇ ਗਲਾਂਸ ਨੂੰ ਦੇਖੋ ਇਹਨਾਂ ਨੇ ਜਿਹੜੀ ਇਨਕਮ ਅਤੇ ਐਕਸਪੈਂਡੀਚਰ ਵਿੱਚ ਕਿੰਨਾ ਫਰਕ ਹੈ 10,000 ਤੋਂ ਵੀ ਜ਼ਿਆਦਾ ਜੇ ਐਕਚੁਅਲੀ ਕਰੀਏ ਤਾਂ 15,000 ਕਰੋੜ ਦਾ 15,000 ਕਰੋੜ ਦੇ ਵਿੱਚ ਇਹਨਾਂ ਨੇ ਇਨਕਮ ਅਤੇ ਐਕਸਪੈਂਡੀਚਰ ਦਾ ਫਰਕ ਹੈ ਅਤੇ ਫਾਈਨੈਂਸ ਮਿਨਿਸਟਰ ਸਾਹਿਬ ਕਹਿ ਰਹੇ ਹੈ ਕਿ ਮੈਂ ਨੈਸ਼ਨਲ ਰਿਸੋਰਸ ਮੋਬਲਾਈਜੇਸ਼ਨ ਕਰੂੰਗਾ 15,000 ਕਰੋੜ ਦੀ ਨੌ ਮਹੀਨੇ ਦੇ ਅੰਦਰ ਜੀ ਐਸ ਟੀ ਲੱਗ ਗਿਆ ਕਿਤੇ ਨਾ ਟੈਕਸ ਚੇਂਜ ਕਰਦਾ ਮੈਨੂੰ ਲੱਗਦਾ ਕਰਨਗੇ ਮੈਂ ਦੋ ਤਰੀਕੇ ਮੈਂ ਦੇਖਿਆ ਕੈਪਟਨ ਸਾਹਿਬ ਤੇ ਕਿਉਂਕਿ ਆਪਣੇ ਕੈਪਟਨ ਸਾਹਿਬ ਅੱਜ ਇੰਨੇ ਦੁਖੀ ਹੋ ਗਏ ਕਿ ਉਹਦਾ ਸੈਸ਼ਨ 'ਚ ਵੀ ਨਹੀਂ ਆਇਆ ਉਹਨਾਂ ਦੇਖਿਆ ਕਿ ਮੇਰੀ ਗੱਲ ਤਾਂ ਮੰਨੀ ਨਹੀਂ ਮੈਂ ਕੁਛ ਕਿਹਾ ਪਹਿਲੀ ਵਾਰ ਹੋਣਾ ਜੀ ਮੁੱਖ ਮੰਤਰੀ ਆਪ ਹੀ ਨੇ ਆਹੀ ਸ਼ੋਅ ਕਰਦਾ ਕਿੰਨਾ ਡਿਫਰੈਂਸ ਹੈ ਕਿਉਂਕਿ ਕੈਪਟਨ ਸਾਹਿਬ ਰਾਤ ਬੋਲੇ ਲੜਾਈ ਰਾਤ ਹੋਈ ਮੰਤਰੀ ਕਹਿੰਦਾ ਨਹੀਂ ਮੈਂ ਤਾਂ ਆਹੀ ਬਜਟ ਪੇਸ਼ ਕਰਨਾ ਅਤੇ ਕੈਪਟਨ ਸਾਹਿਬ ਕਹਿੰਦਾ ਮੈਂ ਨਹੀਂ ਆਉਂਦਾ ਫਿਰ ਅੱਜ ਇਸ ਕਰਕੇ ਤੂੰ ਸਾਨੂੰ ਆਹੀ ਨਹੀਂ ਪਤਾ ਲੱਗਦਾ ਹੁਣ ਚੀਫ ਮਿਨਿਸਟਰ ਕਿਹਨੂੰ ਕਹੀਏ ਫਾਈਨੈਂਸ ਮਿਨਿਸਟਰ ਕਿਹਨੂੰ ਕਹੀਏ ਆਹ ਵੀ ਕਨਫਿਊਜ਼ਨ ਹੈ ਕੁਐਸਚਨ ਦਾ ਜਿਹੜਾ ਅੱਜ ਤੂੰ ਬੌਸ ਕੌਣ ਹੈ ਦੂਜੀ ਗੱਲ ਪਰ ਮੈਨੂੰ ਲੱਗਦਾ ਜਿਹੜੀ ਦੋਸਤੀ ਮਨਪ੍ਰੀਤ ਅਤੇ ਸਿੱਧੂ ਸਾਹਿਬ ਦੀ ਹੈ ਮੈਂ ਨਾਂ ਤਾਂ ਲੈਣਾ ਨਹੀਂ ਚਾਹੁੰਦਾ ਵਿਕਰਮ ਜੀ ਜ਼ਿਆਦਾ ਜਾਣਦੇ ਹੈ ਉਹਨਾਂ ਨੇ ਮੈਂ ਰਿਸੋਰਸ ਮੋਬਲਾਈਜੇਸ਼ਨ ਪਲਾਨ ਨੂੰ ਅਸੀਂ ਸਮਝ ਲਿਆ ਮਨਪ੍ਰੀਤ ਨੇ ਕਹਿੰਦਾ ਕਿ ਮੈਂ ਸਮੋਸੇ ਚਾਹ ਬੰਦ ਕਰ ਦਿੰਦੀ ਹਾਂ 5,000 ਕਰੋੜ ਉੱਥੇ ਆ ਜੂਗਾ ਦਫ਼ਤਰਾਂ 'ਚ ਅਤੇ ਸਿੱਧੂ ਸਾਹਿਬ ਨੇ ਕਹਿੰਦਾ ਮੈਂ ਵਿਰਾਸਤ ਏ ਖਾਲਸਾ 'ਤੇ ਟੈਕਸ ਲਾ ਦੇਣਾ ਹੈਰੀਟੇਜ ਸਿਟੀ ਜਿਹੜਾ ਬੰਦਾ ਤੁਰਿਆ ਕਰੂੰਗਾ ਉਹਦੇ 'ਤੇ ਮੈਂ ਲਾ ਦੇਣਾ ਅਤੇ ਜਿਹੜਾ ਆਪਣੇ ਇੰਟਰਪ੍ਰੀਟੇਸ਼ਨ ਸੈਂਟਰ ਬਾਬਾ ਬੰਦਾ ਸਿੰਘ ਬਾਦਲ ਦੀ ਯਾਦਗਾਰ ਦੇਖਣ ਜਾਇਆ ਕਰੂੰਗਾ ਮਤਲਬ 10,00,000 ਰੁਪਏ ਉਹਦੇ 'ਤੇ ਲਾਇਆ ਕਰੂੰਗਾ ਆਹ ਦੋਨਾਂ ਦਾ ਪਲਾਨ ਹੈ ਰਿਸੋਰਸ ਮੋਬਲਾਈਜੇਸ਼ਨ ਆਹ ਤਾਂ ਹਾਲਾਤ ਹੈ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ IPMT ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ 10ਵੀਂ ਅਤੇ +2 ਤੋਂ ਬਾਅਦ OT DMLT X-ray ਆਪਥਲੇਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ ਥੀਏਟਰ ਐਕਸ-ਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਮੇਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ IPMT ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ 10ਵੀਂ ਅਤੇ +2 ਤੋਂ ਬਾਅਦ OT DMLT X-ray ਆਪਥਲੇਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ ਥੀਏਟਰ ਐਕਸ-ਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਮੇਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ